आप सब नूं सत श्री अकाल। दोस्तों 11 जुलाई 2022 तो पंजाब दे विच नवीआं जमीनां प्लाट ते घर खरीदने वेचने जिहड़े ने ਉਹ ਮਹਿੰਗੇ ਹੋ ਜਾਣਗੇ। ਇਹਨਾਂ ਦੀ ਖਰੀਦੋ ਫਰੋਦ ਦੇ ਵਿੱਚ ਜਿਹੜਾ ਹੈ ਹੁਣ ਕੁਝ ਵਾਧਾ ਜਿਹੜਾ ਹੈ ਕਲੈਕਟਰ ਰੇਟ ਦਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਸੋ ਆਓ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਚੁੱਕਿਆ ਕਿ 11 ਜੁਲਾਈ 2022 ਤੋਂ ਪੂਰੇ ਪੰਜਾਬ ਦੇ ਵਿੱਚ ਹੁਣ ਜ਼ਮੀਨਾਂ ਪਲਾਟਾਂ ਅਤੇ ਮਕਾਨਾਂ ਦੀ ਖਰੀਦੋ ਫਰੋਦ ਜਿਹੜੀ ਆ ਉਹ ਮਹਿੰਗੀ ਹੋ ਜਾਵੇਗੀ। ਔਰ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਕਲੈਕਟਰ ਰੇਟ ਜਿਹੜੇ ਨੇ ਉਹ 30% ਤੋਂ ਵਧਾ ਕੇ 40% ਕਰ ਦਿੱਤੇ ਨੇ। ਹੁਣ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਦੇ ਜੋ ਸਰਕਾਰੀ ਭਾਅ ਨੇ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਜਿਸ ਨੂੰ ਕਿ ਲੈ ਕੇ ਪ੍ਰਾਪਰਟੀ ਦਾ ਜਿਹੜਾ ਕੰਮ ਕਰ ਰਹੇ ਨੇ ਲੋਕ ਉਹ ਵੀ ਨਾ ਖੁਸ਼ ਨੇ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਜਿਹੜੀ ਹੈ ਪੰਜਾਬ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਇੱਕ ਦੁਬਾਰਾ ਗਿਰਾਵਟ ਆਵੇਗੀ, ਜੋ ਖਰੀਦੋ ਫਰੋਤ ਹੋਵੇਗੀ ਘਰਾਂ ਦੀ ਪਲਾਟਾਂ ਦੀ ਜਿਹੜੀ ਹੈ ਉਹ ਘੱਟ ਜਾਵੇਗੀ। ਸੋ ਇਸ ਨੂੰ ਲੈ ਕੇ ਬੜਾ ਰੋਸ ਵੀ ਆਮ ਲੋਕਾਂ ਦੇ ਵਿੱਚ ਅਤੇ ਪ੍ਰਾਪਰਟੀ ਦਾ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ। ਇਹ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਜੋ ਕਈ ਲੋਕ ਆਪਣੇ ਨਵੇਂ ਘਰਾਂ ਦਾ ਸੁਪਨਾ ਦੇਖ ਰਹੇ ਸੀ, ਜੋ ਪਲਾਟ ਖਰੀਦਣਾ ਚਾਹੁੰਦੇ ਸੀ, ਉਸ ਨੂੰ ਜਿਹੜਾ ਹੈ ਉਹਨੂੰ ਉਤਸ਼ਾਹ ਨਹੀਂ ਮਿਲੇਗਾ। ਸ਼ਾਇਦ ਉਹ ਸੁਪਨੇ ਜਿਹੜੇ ਨੇ ਉਹ ਅਧੂਰੇ ਰਹਿ ਜਾਣਗੇ, ਕਿਉਂਕਿ ਸਰਕਾਰ ਵੱਲੋਂ ਹੁਣ ਜਿਹੜਾ ਹੈ ਕਲੈਕਟਰ ਰੇਟ ਦੇ ਵਿੱਚ ਵਾਧਾ ਕਰਕੇ 30% ਤੋਂ 40% ਕਰ ਦਿੱਤਾ ਗਿਆ, ਜਿਸ ਨਾਲ ਕਿ ਰਜਿਸਟਰੀਆਂ ਜਿਹੜੀਆਂ ਨੇ ਰਜਿਸਟਰੀਆਂ ਦੀ ਜੋ ਫੀਸ ਭਰੀ ਜਾਂਦੀ ਹੈ ਉਸ ਦੇ ਵਿੱਚ ਵੀ ਵਾਧਾ ਹੋਵੇਗਾ। ਸੋ ਇਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਹਾਲ ਦੀ ਘੜੀ ਜਿਹੜੇ ਪ੍ਰਾਪਰਟੀ ਦੇ ਰੇਟ ਨੇ ਉਹਨਾਂ ਦਾ ਵਧਣ ਦਾ ਵੀ ਖਦਸ਼ਾ ਜਿਹੜਾ ਹੈ ਇਸ ਨਾਲ ਬਣ ਗਿਆ ਹੈ। ਔਰ ਪ੍ਰਾਪਰਟੀ ਡੀਲਰਾਂ ਦੇ ਵਿੱਚ ਗੱਲ ਕਰੀਏ, ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਦੇ ਵਿੱਚ ਜਿਹੜੀ ਹੈ ਇਹ ਚਰਚਾ ਜਿਹੜੀ ਹੈ ਚੱਲ ਰਹੀ ਹੈ ਕਿ ਇਸ ਦੇ ਨਾਲ ਜਿਹੜੀ ਹੈ ਪ੍ਰਾਪਰਟੀ ਦੇ ਕੰਮ ਦੇ ਵਿੱਚ ਰੁਕਾਵਟ ਆਵੇਗੀ। ਔਰ ਬਹੁਤ ਸਾਰੇ ਲੋਕ ਨੇ ਜੋ ਲੰਮੇ ਸਮੇਂ ਤੋਂ ਜਿਹੜੇ ਉਡੀਕ ਕਰ ਰਹੇ ਨੇ ਨਵੇਂ ਘਰ ਦੇ ਲਈ, ਸ਼ਾਇਦ ਹੁਣ ਉਹਨਾਂ ਦਾ ਜਿਹੜਾ ਇਹ ਸੁਪਨਾ ਹੈ ਹੋਰ ਮਹਿੰਗਾ ਹੋ ਜਾਏਗਾ। ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਕਦਮ ਹੈ ਇਹ ਖਜ਼ਾਨੇ ਨੂੰ ਭਰਨ ਦੇ ਲਈ ਚੁੱਕਿਆ ਗਿਆ। ਸੋ ਇਸ ਦਾ ਜਿਹੜਾ ਹੈ ਨੁਕਸਾਨ ਆਮ ਲੋਕਾਂ ਨੂੰ ਹੋਣ ਜਾ ਰਿਹਾ ਹੈ। ਦੋਸਤੋ 11 ਜੁਲਾਈ ਤੋਂ ਕਲੈਕਟਰ ਰੇਟ ਯਾਨੀ ਕਿ ਸਰਕਾਰੀ ਭਾਅ ਵਧਣ ਦੇ ਨਾਲ ਹੁਣ ਪਲਾਟ ਅਤੇ ਮਕਾਨ ਖਰੀਦਣੇ ਜਿਹੜੇ ਨੇ ਉਹ ਮਹਿੰਗੇ ਹੋ ਜਾਣਗੇ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ 'ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ 'ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਵੀ ਜ਼ਰੂਰ ਦੱਬ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।